ਅਸਲਾਮ ਵਾਲੇਕਮ ਨਾਜ਼ਰੀਨ ਮੈਂ ਤਾਰਕਸਾਨੀ ਤੇ ਤੁਸੀਂ ਵੇਖ ਰਹੇ ਹੋ ਮੇਰਾ YouTube ਚੈਨਲ ਰਾਈਬਰ ਐਂਟਰਟੇਨਮੈਂਟ ਪਲੱਸ ਬੜੀ ਹੀ ਜ਼ਬਰਦਸਤ ਔਰ ਬੜਾ ਹੀ ਇੱਕ ਦਿਲਚਸਪ ਵਾਕਿਆ ਲੈ ਕੇ ਤੁਹਾਡੀ خدمت ਵਿੱਚ حاضر ਹੋ ਰਿਹਾ ਔਰ ਤੁਹਾਨੂੰ ਇਹ ਦੱਸਾਂਗਾ ਕਿ ਮਸੂਦ ਬਾਟ ਨੂੰ ਜਿਹੜਾ ਬਹੁਤ ਮਸ਼ਹੂਰ ਡਾਇਰੈਕਟਰ ਸਨ ਉਸ ਨੂੰ ਕਿਸ ਨੇ ੱੱਕੇ ਦੇ ਕੇ ਕਿਹੜਾ ਮਸ਼ਹੂਰ ਡਾਇਰੈਕਟਰ ਸੀ ਜਿਸ ਨੇ ਮਸੂਦ ਬਾਟ ਨੂੰ ੱੱਕੇ ਦੇ ਕੇ ਸਟੂਡੀਓ ਤੋਂ ਬਾਹਰ ਕੱਢਿਆ ਸੀ ਆਪਣੇ ਸੱਟ ਤੋਂ ਬਾਹਰ ਕੱਢਿਆ ਸੀ بڑا ہی دلچسپ واقعہ شیئر کروں گا اور بقا فلم دا نام ہی دستانگا اور سن ہی بھی دساگا پچھے واقعی میرے بھن براؤ نے کیتا ہے کہ تم کا نام نہیں دستے اس فلم دا نام ہی دستانگا اور سن ہی دستانگا مسعود بٹ صاحب کہتے ہیں دو میں سٹوڈنٹس ہاں تو میں مجھے جہاں نا شوٹنگ دیکھنے دا بہت شوق سی اور ساڑھے ملے جائیں دے سن ریاض شاید صاحب میں انہوں نے ریکویسٹ کی میں شوٹنگ دیکھنی ہے میں ریکارڈنگ دیکھنی ہے ਖੇਰਿਆਸ ਸ਼ਾਹ ਸਭ ਮੈਨੂੰ ਸਟੂਡੀਓ ਲੈ ਗਏ ਤੇ ਉਸ ਵਕਤ ਜਿਸ ਫਿਲਮ ਦੀ ਰਿਕਾਰਡਿੰਗ ਹੋ ਰਹੀ ਸੀ 1974 ਦੀ ਮੈਂ ਗੱਲ ਕਰ ਰਿਹਾ ਹਾਂ 1974 ਦੀ ਮੈਂ ਗੱਲ ਕਰ ਰਿਹਾ ਹਾਂ ਉਸ ਵਕਤ ਪਿੰਡੂ ਫਿਲਮ ਬਣਦੇ ਸੀ ਤੇ ਉਹ ਮਸ਼ਹੂਰ ਜਿਹੜੇ ਡਾਇਰੈਕਟਰ ਸਨ ਉਹ ਹੈਦਰ ਚੌਧਰੀ ਸਾਹਿਬ ਸਨ ਜਿਹੜੇ ਕਿ ਪਿੰਡੂ ਫਿਲਮ ਬਣਾ ਰਹੇ ਸਨ 1974 ਇਚ ਕਹਿੰਦੇ ਰਿਕਾਰਡਿੰਗ ਹੋ ਰਹੀ ਸੀ ਤੇ ਰਿਕਾਰਡਿੰਗ ਹੋਂਦਿਆਂ ਆਂ ਕਹਿੰਦਾ ਕਿ ਹਾਦਰ ਚੌਧਰੀ ਸਾਹਿਬ ਨੇ ਗਰਦਨ ਕੁਮਾ ਕੇ ਪਿੱਛੇ ਵੇਖਿਆ ਤੇ ਪਿੱਛੇ ਮੈਂ ਖੜਾ ਹੋਇਆ ਸੀ ਰਿਕਾਰਡਿੰਗ ਦੇਖ ਰਿਹਾ ਸੀ ਤੇ ਉਹਨਾਂ ਨੂੰ ਬਹੁਤ ਗੁੱਸਾ ਆਇਆ ਉਹਨਾਂ ਨੇ ਆਪਣੇ ਜਿਹੜਾ ਅਸਿਸਟੈਂਟ ਸੀ ਜਾਂ ਬੰਦਾ ਸੀ ਉਹਨੂੰ ਪੁੱਛਿਆ ਭਾਈ ਇਸ ਨੂੰ ਕਿਸ ਨੇ ਅੰਦਰ ਬੜਨ ਦਿੱਤਾ ਸਭ ਨੇ ਇਨਕਾਰ ਕਰ ਦਿੱਤਾ ਔਰ ਮੈਨੂੰ ਮੇਰੇ ਕੋਲੋਂ ਪੁੱਛਿਆ ਕਿ ਭਾਈ ਤੂੰ ਕਿਉਂ ਆਇਆ ਮੈਂ ਤੂੰ ਤੈਨੂੰ ਕਿਸ ਨੇ ਭੇਜਿਆ ਕਹਿੰਦੇ ਮਸੂਦ ਬਾੜ ਸਾਹਿਬ ਕਹਿੰਦੇ ਨੇ ਕਿ ਮੈਂ ਭੁਖਲਾ ਗਿਆ ਔਰ ਮੇਰੇ ਕੋਲੋਂ ਕੋਈ ਵਾਜ਼ੀਆ ਜਵਾਬ ਨਹੀਂ ਬਣ ਸਕਿਆ ਇਸ ਕਰਤੇ ਆਦਰ ਚੌਧਰੀ ਸਾਹਿਬ ਗੁੱਸੇ 'ਚ ਆ ਗਏ ਔਰ ਉਹਨਾਂ ਨੇ ਬਕਾਇਦਾ ਮੈਨੂੰ ਬਕਾਇਦਾ ਮੈਨੂੰ ਠਿੱਕੇ ਦੇ ਕੇ ਸਟੂਡੀਓ ਤੋਂ ਬਾਹਰ ਕੱਢ ਦਿੱਤਾ اور ایک بندے ڈیوٹی لائی کے باہر اسٹ دے اس بندے نے خیر دکھے مار کے مینو باہر جڑا جا کے دے کہ باہر کر رہا سی میں اس کو ہے یار اے صاحب کون سن اس نے ہے کہ حیدر چودھری بڑے مشہور ڈائریکٹر اے فلم پینڈو بلا رہے سن کہنا کہ یہ وہ شخصیت ہے جی جس چاہے اسٹوڈیو تو باہر کٹ سی ہے مسو بار صاحب ہیں میں اس دن تیار کر لیتا کہ میں ہوں ڈائریکٹر بنا گا اور اس بعد مسور باٹ صاحب ڈائریکٹر بنے اور بڑی ہی مشہور اور بڑی ہی زبرتہ انہیں فلم انڈسٹری نو فلم دی ہاں. اگر تمہیں میری معلومات اچھی لگی ہوئے میرے چینل لائک کرو سبسکرائب کرو پھر شیئر کرو نیکسٹ ویڈیو تک راب رکھو